ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਹ ਵੀਡੀਓ ਪਤਾ ਨਹੀਂ ਕਿੱਥੇ ਦੀ ਹੈ, ਮੈਨੂੰ ਨਹੀਂ ਪਤਾ ਕਿੱਥੇ ਦੀ ਆ, ਪਰ ਜੋ ਵੀ ਹੋ ਰਿਹਾ ਵੀਡੀਓ ਦੇ ਵਿੱਚ ਬਹੁਤ ਹੀ ਗਲਤ ਹੋ ਰਿਹਾ। ਪੁਲਿਸ ਵਾਲੇ ਹੁਣ ਘਰ ਬੜਬੜ ਕੁੱਟ ਰਹੇ ਨੇ, ਭਰਾਵਾ ਕਿਸਾਨ ਵੀਰ ਪੱਠੇ ਵੱਢਣ ਜਾਂਦੇ ਨੇ, ਹੈ ਨਾ, ਬਹੁਤ ਕੁਝ ਕਰਦੇ ਨੇ ਯਾਰ, ਉਹਨਾਂ ਨੂੰ ਮੱਝਾਂ ਪਾਲਣ ਲਈ ਸਭ ਕੁਝ ਕਰਨਾ ਪੈਂਦਾ, ਅਤੇ ਇਹਨਾਂ ਨੂੰ ਵਿਚਾਰਿਆਂ ਨੂੰ ਘਰ ਆ ਕੇ ਫੈਮਿਲੀ ਦੇ ਸਾਹਮਣੇ, ਮਾਂ ਭੈਣ ਧੀ ਦੇ ਸਾਹਮਣੇ ਅੰਦਰੋਂ ਕੱਢ ਕੱਢ ਕੇ ਕੁੱਟ ਰਹੇ ਨੇ। ਕਿਉਂ ਕੁੱਟ ਰਹੇ ਨੇ? ਇਹ ਗੇਟ ਦੇ ਮੂਹਰੇ ਖੜਿਆ ਹੋਊ ਇੱਕ ਅੱਧਾ ਜਣਾ, ਅਤੇ ਅੰਦਰ ਵੜ ਕੇ ਭੱਜ ਗਏ। ਪੁਲਿਸ ਵਾਲਿਆਂ ਨੂੰ ਕੋਈ ਰਾਇਡ ਨਹੀਂ ਹੈਗਾ ਕਿਸੇ ਦੇ ਘਰ ਵੜ ਕੇ ਕਿਸੇ ਨੂੰ ਕੁੱਟਣ ਦਾ। ਇਹ ਗਰੀਬ ਨੇ, ਚੱਲ ਸਹਿ ਲੈਣਗੇ, ਜੇ ਕੋਈ ਤਕੜਾ ਹੁੰਦਾ ਨਾ, ਇਹ ਇਕੱਲੇ ਇਕੱਲੇ ਨੂੰ ਸਾਲੇ ਨੂੰ ਉੱਥੀ ਗੋਲੀ ਮਾਰ ਦਿੰਦਾ। ਅਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ, ਜਿਹੜੇ ਦੱਲੇ ਨੇ ਨਾ ਇਕੱਲੇ ਇਕੱਲੇ ਨੂੰ ਸਸਪੈਂਡ ਕੀਤਾ ਜਾਵੇ, ਸਾਰੇ ਲਵੇ। ਮੋਦੀ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ, ਕੈਪਟਨ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ, ਸ਼ੇਅਰ ਕਰ ਦਿਉ ਵੀਰੇ। ਭਰਾਵਾ, ਜੇਕਰ ਤੁਸੀਂ ਪੰਜਾਬੀ ਹੋ, ਤੁਹਾਡੀ ਅਣਖ ਜਾਗਦੀ ਆ, ਇਹ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਉ ਕਿ ਇਹ ਦੱਲੇ, ਮੈਂ ਦੱਲੀ ਕਹੂੰਗਾ, ਪੁਲਿਸ ਵਾਲੇ ਹੋਰ ਵੀ ਵਧੇਰੇ ਨੇ, ਲੋਕਾਂ ਦੀ ਹੈਲਪ ਕਰ ਰਹੇ ਨੇ, ਲੋਕਾਂ ਨੂੰ ਖਾਣਾ ਤੱਕ ਦੇ ਰਹੇ ਨੇ, ਇਹ ਕਿਹੜਾ ਯਾਰ ਕਾਨੂੰਨ ਆ ਤੁਹਾਡਾ? ਘਰ ਵੜ ਵੜ ਕੇ ਕੁੱਟਦੇ ਹੋ, ਕੀ ਰਾਈਟ ਆ ਤੁਹਾਡੇ ਲਵੇ ਘਰ ਵੜਨ ਦਾ? ਕੀ ਤੁਹਾਡੇ ਹੈਂ ਤੁਸੀਂ ਇੱਦਾਂ ਦੀਆਂ ਹਰਕਤਾਂ ਕਿੱਦਾਂ ਕਰ ਸਕਦੇ ਹੋ? ਜੇ ਇਹ ਤਾਂ ਚੱਲ ਗਰੀਬ ਨੇ, ਕੋਈ ਅਮੀਰ ਹੁੰਦਾ ਨਾ, ਇਹ ਦੱਲਿਆਂ ਦੀ ਵਰਦੀ ਨਹੀਂ ਰਹਿਣੀ ਸੀ। ਹੁਣ ਮੈਂ ਸਭ ਨੂੰ ਕਹਿ ਰਿਹਾ, ਭਰਾ ਬਣ ਕੇ, ਭੈਣਾਂ ਬਣ ਕੇ, ਮਾਵਾਂ ਬਣ ਕੇ ਵੀਡੀਓ ਨੂੰ ਇੰਨਾ ਕੁ ਵਾਇਰਲ ਕਰ ਦਿਉ ਨਾ ਵੀ ਇਹ ਦੱਲੇ ਜਿਹੜੇ ਵੀ ਹੈਗੇ ਨੇ ਨਾ ਪੁਲਿਸ ਵਾਲੇ, ਇਹ ਸਭ ਨੂੰ ਸਜ਼ਾ ਮਿਲੇ, ਸਸਪੈਂਡ ਹੋਣ, ਕੋਈ ਵੀ ਸਜ਼ਾ ਮਿਲੇ। ਇੱਦਾਂ ਇਹਨਾਂ ਨੂੰ ਕੋਈ ਰਾਈਟ ਨਹੀਂ ਹੈਗਾ ਕਿਸੇ ਨੂੰ ਵੀ ਕੁੱਟਣ ਦਾ, ਠੀਕ ਆ ਨਾ? ਭਰਾ ਬਣ ਕੇ ਮੈਂ ਵੀ ਤੁਹਾਡਾ ਭਰਾ, ਸ਼ੇਅਰ ਕਰ ਦਿਉ ਵੀਡੀਓ ਨੂੰ, ਇਹ ਵੀ ਤੁਹਾਡੇ ਭਰਾ ਬਣੇ, ਤੁਹਾਡੇ ਪਿਓ ਵਰਗੇ ਨੇ, ਭਰਾਵਾਂ ਵਰਗੇ ਨੇ, ਵੀਰ ਨੇ ਤੁਹਾਡੇ, ਸ਼ੇਅਰ ਕਰ ਦਿਉ ਭਰਾ ਬਣ ਕੇ।